ਨਾਮ ਧਿਆਵੈ ਸਰਬ ਫਲ ਪਾਵੈ ਸੋ ਜਨ ਸੁਖੀਆ ਹੁਆ ਰਾਜ ਕਹਾਵੈ ਹਉ ਕਰਮ ਕਮਾਵੈ ਵਾਧਿਓ ਨਲਨੀ ਭ੍ਰਮ ਸੂਆ। ਗੁਰੂ ਪਿਆਰਿਓ, ਗੁਰੂ ਸਵਾਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ। ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਸਾਧ ਸੰਗਤ ਜਿਹੜੇ ਵੀਰ ਭੈਣ ਚੈਨਲ 'ਤੇ ਨਵੇਂ ਆਏ ਨੇ, ਸਾਰਿਆਂ ਦਾ ਧੰਨਵਾਦ ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਗੁਰਮੁਖ ਪਿਆਰਿਓ, ਜਿਹੜੀ ਬੇਨਤੀ ਆਪਾਂ ਅੱਜ ਸਾਂਝੀ ਕਰਨੀ ਹੈ ਉਹ ਧਿਆਨ ਨਾਲ ਸੁਣਿਓ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਕਿਉਂ ਛੱਡਿਆ ਸੀ, ਇਸ ਦਾ ਅਸਲ ਇਤਿਹਾਸ ਜੋ ਹੈ ਨਾ, ਬਹੁਤ ਹੀ ਘੱਟ ਸੰਗਤ ਜਾਣਦੀ। ਜੋ ਕਾਰਨ ਸੀ ਕਿ ਅਨੰਦਪੁਰ ਸਾਹਿਬ ਦਾ ਕਿਲ੍ਹਾ ਕਿਉਂ ਤਿਆਗਿਆ ਗਿਆ, ਗੁਰਮੁਖ ਪਿਆਰਿਓ ਆਓ ਆਪਾਂ ਬੇਨਤੀਆਂ ਪ੍ਰਾਰੰਭ ਕਰੀਏ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਹੈ, ਜਿਸ ਧਰਤੀ ਦੇ ਉੱਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਬੜੀਆਂ ਖੇਡਾਂ ਕੀਤੀਆਂ, ਬੜੇ ਕੌਤਕ ਕੀਤੇ, ਅਤੇ ਗੁਰਮੁਖ ਪਿਆਰਿਓ ਜਿਸ ਧਰਤੀ ਨੂੰ ਦਾਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪ ਮੁੱਲ ਲੈ ਕੇ ਉਸ ਧਰਤੀ ਨੂੰ ਖਰੀਦਿਆ ਅਤੇ ਉਹਦਾ ਨਾਮ ਵੀ ਆਪਣੀ ਮਾਤਾ ਦੇ ਨਾਮ 'ਤੇ ਰੱਖਿਆ ਗਿਆ, ਚੱਕ ਨਾਨਕੀ, ਕਿਉਂਕਿ ਆਪਣੀ ਮਾਤਾ ਦਾ ਨਾਮ ਹੈ ਨਾਨਕੀ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੜੀਆਂ ਖੇਡਾਂ ਉੱਥੇ ਕੀਤੀਆਂ। ਉਸ ਤੋਂ ਬਾਅਦ ਜਿਹੜਾ ਹੈ ਗੁਰਮੁਖ ਪਿਆਰਿਓ, ਉਹ ਥਾਂ 'ਤੇ ਬਾਲ ਗੋਬਿੰਦ ਰਾਏ ਫਿਰ ਆਪਣੀਆਂ ਖੇਡਾਵਾਂ ਕਰਦੇ ਨੇ। ਫਿਰ ਉਸ ਤੋਂ ਬਾਅਦ ਜਿਹੜਾ ਹੈ ਕਸ਼ਮੀਰੀ ਪੰਡਿਤ ਆਉਂਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਪਿਤਾ ਨੂੰ ਉਹਨਾਂ ਪੰਡਿਤਾਂ ਦੀ ਰਾਖੀ, ਹਿੰਦੂ ਧਰਮ ਦੀ ਰਾਖੀ ਲਈ ਦਿੱਲੀ ਉਹਨਾਂ ਨੂੰ ਰਵਾਨਾ ਕਰ ਦਿੰਦੇ ਨੇ ਰਾਖੀ ਕਰਨ ਦੇ ਲਈ। ਖੈਰ ਇਹ ਅਲੱਗ ਵਿਸ਼ਾ, ਪਰ ਆਪਾਂ ਜਿਹੜਾ ਵਿਸ਼ੇ ਨੂੰ ਸਮਝਣਾ, ਇੱਧਰੋਂ ਇਸ ਵਿਸ਼ੇ ਦੇ ਉੱਪਰ ਆਪਾਂ ਧਿਆਨ ਦੇਣਾ। ਗੁਰਮੁਖ ਪਿਆਰਿਓ, ਉਸ ਤੋਂ ਬਾਅਦ ਜਿਹੜਾ ਹੈ, ਹੁਣ ਦੇਖੋ ਇਹ ਜਿੰਨੇ ਵੀ ਸੀ, ਦੂਨਾ ਸਿੰਘ ਹੰਡੂਰੀਆ, ਇਹ ਪ੍ਰਿਥੀ ਚੰਦ, ਜਿੰਨੇ ਵੀ ਇਹ ਸਾਰੇ ਪਹਾੜੀ ਰਾਜੇ ਸੀ, ਇਹ ਭੀਮ ਚੰਦ ਵਰਗੇ, ਗੁਰਸੈਨ ਵਰਗੇ, ਜਿੰਨੇ ਵੀ ਇਹ ਕਹਿਲੂਰ ਦੇ ਰਾਜੇ ਵਗੈਰਾ, ਇਹ ਪਹਾੜੀ ਰਾਜੇ, ਬਾਈ ਧਾੜ ਦੇ ਰਾਜੇ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ, ਇਹ ਰਾਜਿਆਂ ਦਾ ਇੱਕੋ ਮਕਸਦ ਸੀ, ਇਹ ਗੁਰੂ ਸਾਹਿਬ ਨੂੰ ਚਿੱਠੀ ਲਿਖ ਦਿੰਦੇ ਸੀ ਵੀ ਕਿ ਤੁਸੀਂ ਇਹ ਕਿਲ੍ਹਾ ਜਿਹੜਾ ਹੈ ਛੱਡ ਕੇ ਚਲੇ ਜਾਓ। ਗੁਰੂ ਸਾਹਿਬ ਅਨੰਦਪੁਰ ਦੇ ਕਿਲ੍ਹੇ ਨੂੰ ਛੱਡ ਕੇ, ਤਿਆਗ ਕੇ ਇੱਥੋਂ ਚਲੇ ਜਾਂਦੇ ਸੀ। ਫਿਰ ਇਹ ਗੁਰੂ ਸਾਹਿਬ ਨੂੰ ਕਹਿ ਦਿੰਦੇ ਸੀ ਵੀ ਚਲੋ ਤੁਸੀਂ ਵਾਪਸ ਆ ਜਾਓ। ਗੁਰੂ ਸਾਹਿਬ ਇਹ ਕੇਵਲ ਇਸ ਕਰਕੇ ਚਲੇ ਜਾਂਦੇ ਸੀ ਵੀ ਕੋਈ ਗੱਲ ਨਹੀਂ, ਕਾਹਨੂੰ ਲੜਾਈ ਝਗੜਾ ਕਰਨਾ, ਇਸ ਕਰਕੇ। ਹੁਣ ਦੇਖੋ ਜਦੋਂ ਵੀ ਇਹਨਾਂ ਨੂੰ ਖਤਰਾ ਲੱਗਦਾ ਸੀ, ਗੁਰੂ ਸਾਹਿਬ ਨੂੰ ਇਹ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੇ ਲਈ ਕਹਿੰਦੇ ਸੀ। ਗੁਰਮੁਖ ਪਿਆਰਿਓ, ਕਿਲ੍ਹੇ ਜਿਹੜੇ ਸੀ ਅਨੰਦਗੜ੍ਹ ਦੇ ਕਿਲ੍ਹੇ ਤੋਂ ਬਿਨਾਂ ਉੱਥੇ ਹੋਰ ਵੀ ਕਿਲ੍ਹੇ ਬਣੇ ਹੋਏ ਸੀ, ਨਰਮੋਹਗੜ੍ਹ ਦਾ ਕਿਲ੍ਹਾ, ਗੁਰਮੁਖ ਪਿਆਰੇ ਉਹ ਜਦੋਂ ਸਟੇਸ਼ਨ ਤੋਂ ਪਰਾਂ ਜਾਂਦੇ ਆ ਉਧਰਲੀ ਸਾਈਡ ਉਹ ਬਣੇ ਹੋਏ ਨੇ, ਜਿੱਥੇ ਸਤਿਗੁਰੂ ਨੇ ਆਪ ਹੀ ਸ਼ਸਤਰ ਬਣਾਉਣੇ ਆਰੰਭ ਕੀਤੇ, ਜਿਸ ਥਾਂ 'ਤੇ ਫੌਜਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਸੀ, ਕਿਸ ਤਰ੍ਹਾਂ ਜੰਗ ਯੁੱਧ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਸਿਖਾਇਆ ਜਾਂਦਾ ਸੀ, ਅਤੇ ਹਾਰਨ ਵਾਲੀ ਟੀਮ ਨੂੰ ਹੋਰ
ਅਭਿਆਸ ਕਰਨ ਲਈ ਕਿਹਾ ਜਾਂਦਾ। ਜਿੱਤਣ ਵਾਲੀ ਨੂੰ ਮੇਰੇ ਪਾਤਸ਼ਾਹ ਨਾਮ ਕੇ ਨਾਮ ਵੀ ਦਿੰਦੇ ਸੀ। ਬਹੁਤ ਵੱਡੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਹ ਜਿਹੜੀ ਸਤਿਗੁਰੂ ਨੇ ਸਿਖਲਾਈ ਦਿੱਤੀ ਫੌਜਾਂ ਨੂੰ, ਸ਼ੁਰੂ ਤੋਂ ਚੱਲਦਾ ਆ ਰਿਹਾ ਸੀ। ਅਤੇ ਗੁਰਮੁਖ ਪਿਆਰਿਓ ਉਸ ਤੋਂ ਬਾਅਦ ਜਿਹੜਾ ਹੈ ਸਤਿਗੁਰੂ ਨੂੰ ਇਹ ਕਹਿ ਦਿੰਦੇ। ਹੁਣ ਦੇਖੋ ਇਹ ਜਿਹੜੇ ਕਿਲੇ ਸੀ ਇਹ ਬੜੀ ਉੱਚੀ ਥਾਂ 'ਤੇ ਬਣੇ ਹੋਏ ਸੀ। ਜਦੋਂ ਵੀ ਕੋਈ ਐਸੀ ਲੜਾਈ ਲੱਗਦੀ, ਜੰਗ ਯੁੱਧ ਹੁੰਦਾ ਤਾਂ ਗੁਰਮੁਖ ਪਿਆਰਿਓ ਇਹਨਾਂ ਨੂੰ ਮੂੰਹ ਦੀ ਖਾਣੀ ਪੈ ਜਾਂਦੀ ਸੀ। ਅਖੀਰ ਇਹਨਾਂ ਦਾ ਮੰਤਵ ਇਹ ਸੀ ਕਿ ਇਹ ਅਨੰਦਪੁਰ ਸਾਹਿਬ ਦੇ ਜਿਹੜੇ ਕਿਲੇ ਨੇ ਇਹ ਸਾਡੇ ਹੋ ਜਾਵਣ, ਅਨੰਦਪੁਰ ਪੂਰਾ ਵਸਿਆ ਵਸਾਇਆ ਇਹ ਸਾਡਾ ਬਣ ਜਾਏ, ਇਹਦੇ ਵਿੱਚੋਂ ਅਨੰਦਪੁਰ ਵਾਲੇ ਗੁਰੂ ਜਾਣੀ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਸੀਂ ਕੱਢ ਦਈਏ, ਇਹ ਚੀਜ਼ ਨੂੰ ਇਹ ਥਾਂ ਨੂੰ ਹਥਿਆ ਲਈਏ। ਇਹਨਾਂ ਦਾ ਅਸਲ ਮਨੋਰਥ ਇਹ ਸੀ। ਅਖੀਰਕਾਰ ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਬੜੀਆਂ ਇਹਨਾਂ ਨੇ ਆਪਣੇ ਵੱਲੋਂ ਐਸੀਆਂ ਡੀਂਗਾਂ ਵੀ ਮਾਰੀਆਂ ਵੀ ਅਸੀਂ ਲੈ ਲਾਂਗੇ, ਪਰ ਨਹੀਂ ਹੋ ਸਕਿਆ। ਕਿਉਂਕਿ ਸਤਿਗੁਰੂ ਨੇ ਉਹ ਚੀਜ਼ ਜਿਹੜੀ ਸੀ, ਉਹ ਥਾਂ ਜਿਹੜੀ ਸੀ, ਆਪ ਆਪਣੇ ਪੈਸੇ ਲਾ ਕੇ ਸੰਗਤ ਦੇ ਲਈ ਤਿਆਰ ਕੀਤਾ, ਇੱਕ ਆਸ਼ਿਆਨਾ ਸੀ ਖਰੀਦਿਆ, ਉਹ ਇੱਕ ਇੰਨੀ ਸੋਹਣੀ ਅਤੇ ਰਮਣੀਕ ਥਾਂ ਬਣਾਈ ਸੀ। ਹੁਣ ਗੁਰਮੁਖ ਪਿਆਰਿਓ ਕਈ ਵਾਰ ਸਤਿਗੁਰੂ ਲੜਾਈ ਤੋਂ ਡਰਦੇ, ਚਲੋ ਕੋਈ ਗੱਲ ਨਹੀਂ ਵੀ ਕਾਹਨੂੰ ਇਹਨਾਂ ਮੂਰਖਾਂ ਨਾਲ ਜੂਝਣਾ, ਅਤੇ ਸਤਿਗੁਰੂ ਕਈ ਵਾਰ ਜਿਸ ਥਾਂ 'ਤੇ ਬੈਠ ਕੇ ਸਤਿਗੁਰੂ ਨੇ ਚੌਪਈ ਸਾਹਿਬ ਉਚਾਰੀ ਵੀ ਭੌਰ ਸਾਹਿਬ, ਉੱਥੇ ਚਲੇ ਜਾਂਦੇ, ਉੱਥੋਂ ਫਿਰ ਸਤਿਗੁਰੂ ਵਾਪਸ ਆ ਜਾਂਦੇ, ਇਹ ਰਾਜੇ ਜਾ ਕੇ ਵਾਪਸ ਲਿਆਉਂਦੇ। ਕੁਛ ਰਾਜੇ ਸ਼ਰਧਾਵਾਨ ਵੀ ਸੀ, ਪਰ ਅਖੀਰ ਇਹਨਾਂ ਰਾਜਿਆਂ ਨੇ ਆਪਣੀ ਜਿਹੜੀ ਸੀ ਮੰਤਵੀ ਜੋ ਇੱਛਾ ਸੀ ਇਹ ਪ੍ਰਗਟ ਕਰ ਲਈ ਕਿ ਆਨੰਦਗੜ੍ਹ ਦਾ ਕਿਲ੍ਹਾ ਜਿਹੜਾ ਹੈ ਪੱਕੇ ਤੌਰ 'ਤੇ ਹੀ ਖਾਲੀ ਕਰਵਾ ਦਿੱਤਾ ਜਾਏ। ਪਰ ਸਤਿਗੁਰੂ ਉਸ ਟਾਈਮ 'ਤੇ ਇਹਨਾਂ ਨੂੰ ਮਨ੍ਹਾ ਕਰ ਗਏ, ਕਹਿੰਦੇ ਨਹੀਂ ਹੁਣ ਨਹੀਂ ਹੋ ਸਕਦਾ, ਤੁਹਾਡੇ ਕਹਿਣ 'ਤੇ ਕਿੰਨੀ ਵਾਰ ਜਾ ਚੁੱਕੇ ਹਾਂ, ਕਿੰਨੀ ਵਾਰ ਆ ਚੁੱਕੇ ਹਾਂ, ਪਰ ਹੁਣ ਇਹ ਸਮਾਂ ਜਿਹੜਾ ਹੈ ਨਹੀਂ ਹੈ, ਹੁਣ ਅਸੀਂ ਅਨੰਦਪੁਰ ਦੇ ਕਿਲ੍ਹੇ ਨੂੰ ਤੁਹਾਡੇ ਕਹਿਣ 'ਤੇ ਖਾਲੀ ਨਹੀਂ ਕਰਨਾ। ਦੇਖੋ ਜੀ ਗੁਰਮੁਖ ਪਿਆਰਿਓ, ਹੁਣ ਸਤਿਗੁਰੂ ਨੇ ਮਨ੍ਹਾ ਕਰ ਦਿੱਤਾ, ਪਰ ਇੱਥੇ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹਨਾਂ ਨੇ ਸੋਚਿਆ ਵੀ ਇੱਦਾਂ 'ਤੇ ਤਾਣਾ ਵਾਣਾ ਸੂਤ ਨਹੀਂ ਆਉਣਾ, ਇੱਦਾਂ 'ਤੇ ਗੱਲ ਸਾਰੀ ਜਿਹੜੀ ਹੈ ਲੋਟ ਨਹੀਂ ਆਉਣੀ। ਅਤੇ ਇਹਨਾਂ ਨੇ ਕੀ ਕੀਤਾ, ਅਖੀਰ ਆਪਣੀ ਬੈਲ ਬੁੱਧੀ ਨੂੰ ਇਸਤੇਮਾਲ ਕਰਦੇ ਹੋਏ ਇਹਨਾਂ ਨੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਅਨੰਦਪੁਰ ਸਾਹਿਬ ਵਾਲੇ ਪਾਤਸ਼ਾਹ ਇੱਦਾਂ ਕਰ ਰਹੇ ਨੇ, ਵਧਾ ਚੜ੍ਹਾ ਕੇ ਗੱਲਾਂ ਬਾਤਾਂ ਕੀਤੀਆਂ। ਹੁਣ ਬਾਦਸ਼ਾਹ ਜਿਹੜਾ ਸੀ ਉਹ ਪਹਿਲਾਂ ਹੀ ਕੱਟੜਪੰਥੀ ਸੀ, ਅਖੀਰ ਉਹਨੇ ਇਸ ਚੀਜ਼ ਨੂੰ ਸਮਝਦੇ ਹੋਏ ਕਿ ਬਾਈ ਧਾੜ ਦੇ ਰਾਜੇ ਮੇਰੇ ਨਾਲ ਨੇ, ਅਨੰਦਪੁਰ ਵਾਲੇ ਗੁਰੂ ਨੂੰ ਤਾਂ ਅਸੀਂ ਇੱਦਾਂ ਹੀ ਇੱਕ ਮਿੰਟ ਇੱਕ ਸੈਕਿੰਡ ਦੇ ਵਿੱਚ ਫੜ ਕੇ ਬਾਹਰ ਕਰ ਦਿਆਂਗੇ, ਅਨੰਦਪੁਰ ਦੀ ਜਗ੍ਹਾ ਨੂੰ ਹਥਿਆ ਲਿਆਂਗੇ। ਅਤੇ ਔਰੰਗਜ਼ੇਬ ਨੂੰ ਆਪਣੀ ਰਾਜ ਭਾਗ ਦਾ ਲਾਲਚ ਸੀ, ਅਤੇ ਗੁਰਮੁਖ ਪਿਆਰਿਓ ਇਹਨਾਂ ਨੇ ਤਕਰੀਬਨ ਜਿਹੜਾ ਸੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਦਿੱਤਾ, ਅਤੇ ਆਪਣੀ ਫੌਜ ਜੋ ਪਹਾੜੀਆਂ ਦੀ ਲੱਗੀ ਲਾ ਦਿੱਤੀ। ਅਖੀਰ ਮਦਦ ਵਜੋਂ ਜਿਹੜੀ ਇਹਨਾਂ ਨੇ ਫੌਜ ਮੰਗੀ ਉਹ ਔਰੰਗਜ਼ੇਬ ਦੇ ਕੋਲੋਂ ਇਹਨਾਂ ਨੂੰ ਫੌਜ ਵੀ ਮਿਲ ਗਈ। ਤਕਰੀਬਨ ਜਿਹੜਾ 10 ਲੱਖ ਦਾ ਘੇਰਾ ਬਣ ਗਿਆ, ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਇਹਨਾਂ ਨੇ ਘੇਰਾ ਪਾ ਲਿਆ। ਅੰਦਰ ਜਾਣਾ ਰਾਸ਼ਨ ਪਾਣੀ ਬੰਦ ਕਰ ਦਿੱਤਾ ਗਿਆ, ਅੰਦਰ ਜਿਹੜੀ ਸੀ ਹਰ ਇੱਕ ਚੀਜ਼ ਦੀ ਸਪਲਾਈ ਇਹਨਾਂ ਨੇ ਬੰਦ ਕਰ ਦਿੱਤੀ। ਘੇਰਾ ਪਾ ਕੇ ਅਨੰਦਪੁਰ ਸਾਹਿਬ ਨੂੰ ਬਾਹਰ ਖਲੋ ਗਏ, ਬੈਠ ਗਏ। ਹੁਣ ਪਿਆਰਿਓ ਇੱਥੇ ਇੱਕ ਚੀਜ਼ ਸਮਝਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਾਂ ਸਰਬੰਸਦਾਨੀ ਕਹਿੰਦੇ ਹਾਂ, ਅਤੇ ਸਾਧ ਸੰਗਤ ਅਤੇ ਭਾਈ ਮੋਤੀ ਰਾਮ ਮਹਿਰਾ ਵੀ ਸਰਬੰਸਦਾਨੀ ਹੋਇਆ। ਹੁਣ ਇੱਥੇ ਧਿਆਨ ਰੱਖਿਓ, ਇੱਧਰੋਂ
ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜਿਉਂ ਹੀ ਪਤਾ ਲੱਗਿਆ ਮੋਤੀ ਰਾਮ ਮਹਿਰਾ ਦੇ ਜਿਹੜੇ ਪਿਤਾ ਸਨ ਕਿ ਅਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਨੇ ਘੇਰਾ ਪਾ ਲਿਆ ਗੁਰੂ ਸਾਹਿਬ ਨੂੰ ਅਤੇ ਸਿੰਘਾਂ ਨੂੰ, ਉਹਨਾਂ ਕੋਲ ਰਸਤ ਪਾਣੀ ਵੀ ਨਾ ਮਾਤਰ ਹੈ, ਅਨੰਦਪੁਰ ਸਾਹਿਬ ਦੇ ਵੱਲ ਨੂੰ ਗੱਡਾ ਭਰ ਕੇ ਮੋਤੀ ਰਾਮ ਮਹਿਰਾ ਦੇ ਜਿਹੜੇ ਪਿਤਾ ਸਨ ਉਹਨਾਂ ਨੇ ਚਾਲੇ ਪਾ ਦਿੱਤੇ। ਅਖੀਰ ਅਨੰਦਪੁਰ ਸਾਹਿਬ ਜਦੋਂ ਪਹੁੰਚੇ, ਹੁਣ ਗੁਰਮੁਖ ਪਿਆਰਿਓ ਅੰਦਰ ਜਾਣ ਵਾਸਤੇ ਇਹਨਾਂ ਨੇ ਵਿਉਂਤਬੰਦੀ ਕੀਤੀ ਹੋਈ ਸੀ, ਘੇਰਾਬੰਦੀ ਸੀ ਕਿ ਅੰਦਰ ਕੁਝ ਨਾ ਜਾਵੇ ਬਾਹਰੋਂ। ਮੋਤੀ ਰਾਮ ਮਹਿਰਾ ਦੇ ਪਿਓ ਨੂੰ ਉੱਥੇ ਹੀ ਫੜ ਲਿਆ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਗੁਰਮੁਖ ਪਿਆਰਿਓ ਬਾਅਦ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਮੋਤੀ ਰਾਮ ਮਹਿਰਾ ਅਤੇ ਉਹਦੇ ਪਰਿਵਾਰ ਨੂੰ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੇ ਜੁਰਮ ਵਿੱਚ ਉਹਨੂੰ ਵੀ ਕੋਲੂ ਥਾਈਂ ਪੀੜ ਦਿੱਤਾ ਗਿਆ ਸੀ। ਸਰਬੰਸ ਦਾਨੀ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਤਿਹਾਸ ਵਿੱਚੋਂ ਭੁੱਲਿਆ ਵਿਸਰਿਆ ਹੋਇਆ ਸੱਚ ਇੱਕ ਇਹ ਵੀ ਹੈ ਕਿ ਮੋਤੀ ਰਾਮ ਮਹਿਰਾ ਵੀ ਸਰਬੰਸ ਦਾਨੀ ਹੈ, ਸਭ ਤੋਂ ਪਹਿਲੇ ਜਿਨ੍ਹਾਂ ਦੇ ਪਿਤਾ ਸ਼ਹੀਦ ਹੋਏ ਸਨ। ਗੁਰੂ ਪਿਆਰਿਓ, ਬੜੇ ਵਿਦਵਾਨਾਂ ਨੇ ਜ਼ਿਕਰ ਕੀਤਾ ਪਰ ਅਸਲ ਇਤਿਹਾਸ ਜਿਹੜਾ ਹੈ ਉਹ ਸਾਡੇ ਤੱਕ ਨਹੀਂ ਪਹੁੰਚ ਸਕਿਆ। ਔਰ ਗੁਰਮੁਖ ਪਿਆਰਿਓ, ਇਸ ਤੋਂ ਬਾਅਦ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਇਹਨਾਂ ਨੇ ਸਹੁੰਾਂ ਖਾਧੀਆਂ, ਕਸਮਾਂ ਖਾਧੀਆਂ, ਔਰੰਗਜ਼ੇਬ ਦੇ ਵੱਲੋਂ ਵੀ ਸਹੁੰ ਖਾ ਕੇ ਭੇਜੀ ਗਈ, ਕੁਰਾਨ ਸ਼ਰੀਫ ਪਹਾੜੀ ਰਾਜਿਆਂ ਦੇ ਵੱਲੋਂ ਇੱਕ ਆਟੇ ਦੀ ਗਊਂ ਬਣਾ ਕੇ ਮੂੰਹ 'ਚ ਉਹਦੇ ਘਾਹ ਪਾ ਕੇ ਭੇਜਿਆ ਗਿਆ ਕਿ ਅਸੀਂ ਸਹੁੰ ਖਾਂਦੇ ਹਾਂ, ਤੁਹਾਨੂੰ ਕੁਝ ਨਹੀਂ ਆਖਾਂਗੇ। ਕੂਟਨੀਤੀ ਅਪਣਾਈ ਗਈ, ਪਾਤਸ਼ਾਹ ਇਹਨਾਂ ਦੀ ਕੂਟਨੀਤੀ ਨੂੰ ਜਾਣਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਕਿ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਸੀ ਖਾਲੀ ਨਹੀਂ ਕਰਾਂਗੇ। ਹਾਲਾਂਕਿ ਮਾਂ ਗੁਜਰੀ ਕਹਿੰਦੀ ਹੈ ਕਿ ਲਾਲ ਜੀ, ਆਪਾਂ ਨੂੰ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ, ਕੋਈ ਗੱਲ ਨਹੀਂ ਬਾਅਦ ਵਿੱਚ ਆ ਜਾਵਾਂਗੇ। ਅਖੀਰ ਸਤਿਗੁਰੂ ਜਾਣਦੇ ਸੀ, ਉਹ ਕਹਿੰਦੇ ਕੋਈ ਗੱਲ ਨਹੀਂ, ਠੀਕ ਹੈ, ਅਸੀਂ ਅੱਜ ਰਾਤ ਨੂੰ ਜਿਹੜਾ ਹੈ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਹੈ ਖਾਲੀ ਕਰ ਦਿਆਂਗੇ। ਹੁਣ ਪਿਆਰਿਓ, ਅਨੰਦਪੁਰ ਸਾਹਿਬ ਦਾ ਜਿਹੜਾ ਕਿਲ੍ਹਾ ਸੀ ਉਹ ਖਾਲੀ ਕਰਨ ਵਾਲੇ ਇਹ ਬਾਰੇ ਇਹਨਾਂ ਨੂੰ ਸੁਨੇਹਾ ਭੇਜ ਦਿੱਤਾ, ਅਸੀਂ ਅੱਜ ਰਾਤ ਨੂੰ ਸਭ ਤੋਂ ਪਹਿਲੇ ਆਪਣਾ ਖਜ਼ਾਨਾ ਇੱਥੋਂ ਕੱਢਾਂਗੇ, ਬਾਅਦ ਵਿੱਚ ਅਸੀਂ ਜਾਵਾਂਗੇ। ਇਹ ਰਾਜ਼ੀ ਹੋ ਗਏ, ਕਹਿੰਦੇ ਕੋਈ ਗੱਲ ਨਹੀਂ, ਭੇਜ ਦਿਓ, ਹਿਫਾਜ਼ਤ ਨਾਲ ਤੁਹਾਡਾ ਖਜ਼ਾਨਾ ਇੱਥੋਂ ਜਾਵੇਗਾ। ਅੰਦਰ ਜਿਹੜਾ ਟੁੱਟਿਆ ਫੁੱਟਿਆ ਸਮਾਨ ਆਦਿਕ ਸੀ ਉਹ ਲੱਦ ਕੇ ਖੁਰਜੀਆਂ ਵਿੱਚ ਪਾ ਕੇ ਸਾਧ ਸੰਗਤ ਜੋ ਅੰਦਰ ਘੋੜੇ ਸਨ, ਕੁਝ ਇਹੋ ਜਿਹੇ ਜਾਨਵਰ ਸਨ, ਉਹਨਾਂ 'ਤੇ ਖੁਰਜੀਆਂ ਬਣਾ ਕੇ ਲੱਦ ਕੇ ਉਹ ਬਾਹਰ ਕੱਢ ਦਿੱਤਾ, ਮਿਸ਼ਾਲਾਂ ਬੰਨ ਦਿੱਤੀਆਂ ਕਈਆਂ ਵੀ ਗੁਰੂ ਸਾਹਿਬ ਦਾ ਖਜ਼ਾਨਾ ਜਾ ਰਿਹਾ। ਅਖੀਰ ਇਹ ਲਾਲਚ ਵਿੱਚ ਅੰਨੇ ਹੋਏ ਫੌਜਦਾਰ ਇਹਨਾਂ ਨੇ ਉਹ ਸਾਰਾ ਜਿਹੜਾ ਖਜ਼ਾਨਾ ਸੀ, ਸਮਾਨ ਸੀ, ਲੁੱਟ ਲਿਆ, ਲੁੱਟਪਾਟ ਕੀਤੀ ਅਤੇ ਤੰਬੂਆਂ ਵਿੱਚ ਆ ਕੇ ਵਾਪਸ ਵੇਖਿਆ ਕਿ ਇਹ ਤਾਂ ਟੁੱਟਿਆ ਪੁਰਾਣਾ ਸਮਾਨ ਹੈ। ਅਖੀਰ ਪਿਆਰੇ ਉਹ ਬੜੇ ਸ਼ਰਮਿੰਦਾ ਹੋਏ ਨੇ, ਸ਼ਰਮਿੰਦਾ ਹੋਏ, ਫਿਰ ਦੁਬਾਰਾ ਸਹੁੰ ਖਾਧੀ ਗਈ, ਸਾਡੇ ਤੋਂ ਗਲਤੀ ਹੋ ਗਈ, ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿਓ। ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿੱਤਾ। ਪਾਤਸ਼ਾਹ ਕਹਿੰਦੇ ਚਲੋ ਠੀਕ ਹੈ, ਤਿਆਰੀ ਕਰ ਲਿਓ। ਤਿਆਰੀ ਕਰ ਲਈ ਗਈ, ਸਾਰੇ ਪਾਸੇ ਦੇ ਰਾਹ ਬੰਦ ਕਰਕੇ ਇੱਕ ਸਿਰਫ ਸਰਸਾ ਵਾਲਾ ਨਾ ਰਾਹ ਹੀ ਖੋਲ੍ਹਿਆ ਗਿਆ। ਉਹ ਰਾਹ ਕਿਉਂ ਖੋਲ੍ਹਿਆ ਗਿਆ? ਇਹਨਾਂ ਨੂੰ ਜ਼ਾਲਮਾਂ ਨੂੰ ਇੱਦਾਂ ਸੀ ਕਿ ਇਹ ਅਨੰਦਪੁਰ ਦੇ ਰਸਤੇ ਵਿੱਚ ਇੱਕ ਸਰਸਾ ਨਦੀ ਪੈਂਦੀ ਹੈ, ਉਹ ਸਰਸਾ ਨਦੀ ਨੂੰ ਪਾਣੀ ਉਹਦੇ ਵਿੱਚ ਹੈ, ਇਹਨਾਂ ਤੋਂ ਪਾਰ ਨਹੀਂ ਹੋਣੀ ਅਤੇ ਉੱਥੇ ਹੀ ਖਤਮ ਕਰ ਦਿਆਂਗੇ, ਨੇਸ ਤੋਂ ਨਾਬੂਦ ਕਰ ਦਿਆਂਗੇ ਪੂਰੀ ਸੰਗਤ ਨੂੰ ਅਤੇ ਗੁਰੂ ਕਲਗੀਧਰ ਪਾਤਸ਼ਾਹ ਨੂੰ, ਸਾਰੇ ਜਿਹੜਾ ਪਰਿਵਾਰ ਹੈ ਇੱਥੇ ਹੀ ਉਹਨਾਂ ਨੂੰ ਮਾਰ ਮੁਕਾ ਦਿਆਂਗੇ। ਕਿ ਅਖੀਰ ਇਹ ਰਸਤਾ ਜਾਣ ਕੇ ਖੋਲ੍ਹਿਆ ਗਿਆ, ਪਰ ਸਤਿਗੁਰੂ ਨੇ ਉਹ ਵੀ ਇਹਨਾਂ ਦੀ ਸਾਜਿਸ਼ ਨਾਕਾਮ ਕਰ ਦਿੱਤੀ। ਮੇਰੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਪਿਆਰਿਓ ਬਾਬਾ ਅਜੀਤ ਸਿੰਘ ਅਤੇ ਬਾਬਾ ਉਦੈ ਸਿੰਘ, ਭਾਈ ਜੀਵਨ ਸਿੰਘ ਜੀ,
ਸਾਰੀ ਸੰਗਤ ਦੇ ਪਿੱਛੇ ਪਿੱਛੇ ਆ ਰਹੇ ਨੇ ਤੇ ਅੱਗੇ ਅੱਗੇ ਸੰਗਤ ਜਾ ਰਹੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜਾ ਰਹੇ ਨੇ, ਪੰਜ ਪਿਆਰੇ ਜਾ ਰਹੇ ਨੇ, ਸਾਜੋ ਸਮਾਨ ਜਾ ਰਿਹਾ ਹੈ, ਸੰਗਤ ਜਾ ਰਹੀ ਹੈ, ਬੱਚੇ ਬਜ਼ੁਰਗ ਜਾ ਰਹੇ ਨੇ। ਗੁਰਮੁਖ ਪਿਆਰਿਓ, ਸਰਸਾ ਨਦੀ ਦੇ ਕੰਢੇ ਤੇ ਬੈਠ ਕੇ ਫਿਰ ਕਿਸ ਤਰ੍ਹਾਂ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਤੇ ਬਾਬਾ ਅਜੀਤ ਸਿੰਘ, ਬਾਬਾ ਉਦੈ ਸਿੰਘ ਤੇ ਬਾਬਾ ਜੀਵਨ ਸਿੰਘ ਜੀ ਪਿੱਛੇ ਨੇ। ਪਿੱਛੇ ਕਿਉਂ? ਕਿ ਸੰਗਤ ਦਾ ਹਜ਼ੂਮ ਜਿਹੜਾ ਅੱਗੇ ਜਾ ਰਿਹਾ ਹੈ, ਪਿੱਛੋਂ ਕੋਈ ਉਹਨਾਂ ਤੇ ਹਮਲਾ ਕਰਦੇ, ਕਿਉਂਕਿ ਦੁਸ਼ਮਣ ਦੀ ਕੂਟਨੀਤੀ ਨੂੰ ਜਾਣਦੇ ਸੀ ਕਿ ਦੁਸ਼ਮਣ ਹਮੇਸ਼ਾ ਪਿੱਛੋਂ ਹੀ ਹਮਲਾ ਕਰਦਾ ਹੈ। ਇਸ ਕਰਕੇ ਪਿੱਛੋਂ ਸੰਗਤ ਨਾਲ ਲੋਹਾ ਲੈਂਦੇ ਹੋਏ ਅਗਲੀ ਸੰਗਤ ਨੂੰ ਹਿਫਾਜ਼ਤ ਨਾਲ ਦੇ ਕੇ ਉਹ ਅੱਗੇ ਤੋਰ ਰਹੇ ਸੀ। ਅੱਗੇ ਫਿਰ ਕਿਸ ਤਰ੍ਹਾਂ ਸਰਸਾ ਨਦੀ ਦੇ ਪਰਿਵਾਰ ਵਿਛੋੜਾ ਹੁੰਦਾ, ਇਹ ਅਲੱਗ ਵਿਸ਼ਾ ਆਪਾਂ ਸਮਝ ਚੁੱਕੇ ਹਾਂ। ਗੁਰਮੁਖ ਪਿਆਰਿਓ, ਆਪਾਂ ਨੂੰ ਸਮਝਣਾ ਪਏਗਾ ਕਿ ਉਸ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਸ ਤਰ੍ਹਾਂ ਅਨੰਦਪੁਰ ਦਾ ਕਿਲ੍ਹਾ ਜਿਹੜਾ ਹੈ ਛੱਡਿਆ ਅਤੇ ਸੱਚ ਜਿਹੜਾ ਅਸਲ ਇਤਿਹਾਸ ਸੀ ਉਹ ਸਾਂਝਾ ਕਰਨਾ ਅਤਿ ਜ਼ਰੂਰੀ ਸੀ, ਕਿਉਂਕਿ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ। ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਆਪਾਂ ਵੀ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਪੰਜ ਪੰਜ ਦਸ ਦਸ ਮਿੰਟ ਸਿਮਰਨ ਦੇ ਲਾਈਏ, ਗੁਰੂ ਘਰਾਂ ਵਿੱਚ ਜਾ ਕੇ ਮੱਥੇ ਟੇਕੀਏ, ਹਾਜ਼ਰੀਆਂ ਭਰੀਏ, ਅਰਦਾਸਾਂ ਬੇਨਤੀਆਂ ਕਰੀਏ, ਸ਼ਰਧਾ ਦੇ ਫੁੱਲ ਭੇਟ ਕਰੀਏ, ਸਾਡਾ ਫਰਜ਼ ਬਣਦਾ ਹੈ। ਪੰਜਾਬੀ ਹੋਣ ਦੇ ਨਾਤੇ, ਪੰਜਾਬ ਦੀ ਧਰਤੀ ਦੇ, ਪੰਜਾਬ ਦੇ ਵਸਿੰਦੇ ਹੋਣ ਦੇ ਨਾਤੇ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪਣਾ ਪਿਤਾ ਕਹਿਣ ਦੇ ਨਾਤੇ, ਉਹ ਸਤਿਗੁਰੂ ਦਾ ਜਿਹੜਾ ਪਰਿਵਾਰ ਸੀ ਉਹ ਪਰਿਵਾਰ ਵਿੱਚੋਂ ਆਪਾਂ ਵੀ ਆਉਂਦੇ ਹਾਂ, ਉਸ ਪਰਿਵਾਰ ਦੇ ਵਸਿੰਦੇ ਵਸਈਏ ਹੋਣ ਦੇ ਨਾਤੇ ਆਪਣਾ ਫਰਜ਼ ਬਣਦਾ ਹੈ। ਇੰਨੀਆਂ ਕੁ ਜ਼ਿੰਮੇਵਾਰੀਆਂ ਨੂੰ ਜ਼ਰੂਰ ਨਿਭਾਈਏ। ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਨਾਲ ਜੁੜੇ ਰਹੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਸਾਧ ਸੰਗਤ, ਬੇਨਤੀਆਂ ਕਰੋ ਜੀ, ਪ੍ਰਵਾਨ ਬੁਲਾਓ, ਫਤਿਹ ਜੀ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।